ਲਾਰੈਂਸ ਬਿਸ਼ਨੋਈ ਦੇ ਨਾਮ ਤੇ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਕਤ ਫੜੇ ਗਏ ਨੌਜਵਾਨ ਸੰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਕੌਣੀ ਨੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਤੋਂ 1 ਕਰੋੜ ਰੁਪਏ ਨਕਦ ਅਤੇ 30 ਤੋਲੇ ਸੋਨੇ ਦੀ ਮੰਗ ਫਿਰੌਤੀ ਵਜੋਂ ਕੀਤੀ ਸੀ, ਜਿਸ ਨੂੰ ਕਿ ਸਾਈਬਰ ਕ੍ਰਾਈਮ ਵਿੰਗ ਦੀ ਮੁਖੀ ਸਬ ਇੰਸਪੈਕਟਰ ਰਵਿੰਦਰ ਕੌਰ ਸਹਾਇਤਾ ਦੇ ਨਾਲ ਟਰੇਸ ਕਰਕੇ ਗ੍ਰਿਫਤਾਰ ਕਰਨ ਚ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਹਾਂ, ਲਾਰੈਂਸ ਦੇ ਸਨਾਈ ਗੈਂਗ ਦਾ ਨਾਮ ਲੈ ਕੇ ਕੌਣੀ ਤੇ ਇੱਕ ਬੰਦੇ ਤੋਂ 1 ਕਰੋੜ ਰੁਪਏ ਔਰ 30 ਤੋਲੇ ਸੋਨੇ ਦੀ ਫਿਰੌਤੀ ਕੀ ਮੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਮੁਕਤਸਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ। ਕੌਣੀ ਪਿੰਡ ਦਾ ਨਵਦੀਪ ਸਿੰਘ ਸਨ ਆਫ ਅਮਰਜੀਤ ਸਿੰਘ ਹੈਗਾ, ਜਿਹਨੂੰ 3 ਔਰ 4 ਜੁਲਾਈ ਨੂੰ ਇੱਕ ਕਾਲ ਆਈ ਸੀ ਔਰ ਜੋ ਕਾਲ ਕਰਨ ਵਾਲਾ ਉਸਨੂੰ ਆਪਣੇ ਆਪ ਨੂੰ ਲਾਰੈਂਸ ਬਿਸਨੋਈ ਗੈਂਗ ਦਾ ਗੁਰਗਾ ਦੱਸ ਕੇ ਔਰ ਦਿੱਲੀ ਜੇਲ੍ਹ ਸੇ ਬੋਲ ਕੇ ਕਹਿ ਰਿਹਾ ਹੈ ਕਿ ਤੁਸੀਂ ਮੈਨੂੰ 1 ਕਰੋੜ ਔਰ 30 ਤੋਲੇ ਸੋਨੇ ਦੀ ਫਿਰੌਤੀ ਦਿਓ, ਅਦਰਵਾਈਜ਼ ਤੁਹਾਡੇ ਪੂਰੇ ਪਰਿਵਾਰ ਨੂੰ ਅਸੀਂ ਖਤਮ ਕਰ ਦੇਵਾਂਗੇ। ਤੋ ਸਾਡੀ ਜੋ CIA ਟੀਮ ਹੈਗੀ ਔਰ ਜੋ ਟੈਕਨੀਕਲ ਟੀਮ ਹੈਗੀ, ਦੋਨਾਂ ਨੇ ਬੜਾ ਪ੍ਰੋਮਪਟਲੀ ਐਕਸ਼ਨ ਲੇਤੇ। ਵਿਦਇਨ 24 ਆਵਰਸ ਅਸੀਂ ਜੋ ਅਕਿਊਜ਼ ਹੈਗਾ ਉਸਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹੈਗੇ। ਜੋ ਅਕਿਊਜ਼ ਹੈਗਾ ਸੰਦੀਪ ਸਿੰਘ ਸਨ ਆਫ ਰਣਜੀਤ ਸਿੰਘ, ਉਹ ਵੀ ਸੇਮ ਉਸੀ ਪਿੰਡ ਦਾ ਰਹਿਣ ਵਾਲਾ ਹੈਗਾ। ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਔਰ ਐਸੇ ਜੋ ਮਾੜੇ ਕੰਮਾਂ ਦੇ ਵਿੱਚ ਪੈ ਗਿਆ ਸੀ। ਤੋ ਇਹ ਸਾਡੀ CIA ਮੁਕਤਸਰ ਕੀ ਬਹੁਤ ਵੱਡੀ ਸਫਲਤਾ ਹੈਗੀ ਕਿ ਇਹ ਕੇਸ ਬਹੁਤ ਜਲਦੀ ਅਸੀਂ ਕ੍ਰੈਕ ਕਰ ਲਿਆ। ਇਹਦੇ ਵਿੱਚ ਅਸੀਂ FIR ਨੰਬਰ 92 PS ਕੋਟਵਾਈ ਦਰਜ ਕੀਤੀ ਸੀ। ਵੈਸੇ ਇਸਕੇ ਪਾਸ ਲੈਂਡ ਜ਼ਮੀਨ ਹੈਗੀ, ਇਨਕੇ ਪਾਸ ਕਾਫੀ ਸੀ, ਕੁਛ ਇਹਨਾਂ ਨੇ ਵੇਚ ਦੀ ਸੀ। ਤੋ ਲੈਂਡ ਦਾ ਹੀ ਕੰਮ ਕਰਦਾ ਸੀ ਬੇਸਿਕਲੀ, ਔਰ ਕੋਈ ਕੋਈ ਜੋਬ ਵਗੈਰਾ ਨਹੀਂ ਕਰਦਾ ਸੀ। ਦੇਖੋ ਐਜ ਆਫ ਨਾਓ ਅਸੀਂ ਅਭੀ ਫੜਿਆ ਹੈਗਾ ਇਸਨੂੰ, ਇਸਕੀ ਡਿਊਰਿੰਗ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਔਰ ਵੀ ਕੁਛ ਖੁਲਾਸੇ ਹੋ ਸਕਤੇ ਹੈਗੇ ਕਿ ਇਹ ਇੰਨੀ ਬੜੀ ਰਕਮ ਕੀ ਜੋ ਫਿਰੌਤੀ ਮੰਗੀ ਹੈਗੀ ਤੇ ਇਸਕੇ ਬੈਕ ਮੈਂ ਕੌਣ ਹੈਗਾ। ਨਹੀਂ, ਐਜ ਆਫ ਨਾਓ ਐਸਾ ਕੋਈ ਵੈਪਨ ਵਗੈਰਾ ਕੀ ਰਿਕਵਰੀ ਨਹੀਂ ਹੈ। ਜੋ ਮੋਬਾਈਲ ਫੋਨ ਜਿਹਦੇ ਰਾਹੀਂ ਇਸਨੇ ਜੋ ਫਿਰੌਤੀ ਮੰਗੀ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਦੇ ਕੋਲੋਂ। ਨਹੀਂ, ਐਜ ਆਫ ਨਾਓ ਇਸਕਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਸਕਾ। ਨਹੀਂ, ਇਸਕੇ ਲਈ ਵੱਖਰਾ ਇੱਕ ਸਿਮ ਕਾਰਡ ਇਸਨੇ ਯੂਜ ਕੀਤਾ ਸੀ ਔਰ ਇਸਕਾ ਜੋ ਦੂਜਾ ਮੋਬਾਈਲ ਹੈ ਉਹ ਵੱਖਰਾ ਹੈਗਾ ਜਿਹਦੇ ਵਿੱਚ ਇਹ ਬਾਕੀ ਲੋਕਾਂ ਨਾਲ ਗੱਲ ਕਰਦਾ ਸੀ। ਦੇਖੋ ਸੇਮ ਪਿੰਡ ਕਾ ਹੈ ਤੋ ਉਸਕੀ ਫੈਮਿਲੀ ਦੇ ਬਾਰੇ ਮੇਂ ਇਸਨੂੰ ਪੂਰੀ ਨੌਲੇਜ ਤੋ ਥੀ ਕਿ ਉਸਕੇ ਪਾਸ ਕਿੰਨਾ ਰਕਮ ਹੈਗਾ, ਕਿੰਨਾ ਲੈਂਡਲੋਰਡ ਹੈਗਾ, ਸਾਰਾ ਕੁਛ ਉਸਨੂੰ ਪਤਾ ਸੀ। ਇੱਕ ਹੀ ਪਿੰਡ ਸੇ ਬਿਲੋਂਗ ਕਰਦੇ ਸੀ ਆਪਸ। ਦੇਖੋ ਅਸੀਂ ਜਿੰਨੇ ਵੀ ਕੇਸ ਅਭੀ ਸਾਡੇ ਪ੍ਰੀਵੀਅਸ ਟਾਈਮ ਤੇ ਹੋਏ ਅਸੀਂ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਦੱਸਿਆ ਕਿ ਮੈਕਸਿਮਮ ਕੇਸ ਅਸੀਂ ਟਰੇਸ ਕਰਿਆ ਜਿਤਨਾ ਛੇਤੀ ਹੈਗਾ। ਅਸੀਂ ਕੋਸ਼ਿਸ਼ ਹੈ ਸਾਡੀ ਮੁਕਤਸਰ ਪੁਲਿਸ ਕਿ ਉਹ ਕੇਸ ਟਰੇਸ ਕਰਕੇ ਲੋਕਾਂ ਨੂੰ ਜਸਟਿਸ ਦਿਆ ਜਾਏ। ਤੋ ਕੋਈ ਤੁਹਾਨੂੰ ਕੋਈ ਐਸਾ ਕੋਈ ਕਾਲ ਆਉਂਦਾ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ ਤਾਂ ਕਿ ਜੋ ਅਕਿਊਜ਼ ਹੈਗਾ।